ਸਵੇਰੇ ਪਹੁੰਚ ਕੇ ਜਦੋਂ ਚੈਕਿੰਗ ਕੀਤੀ ਤਾਂ ਕਾਫੀ ਸਟਾਫ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਗੈਰ ਹਾਜ਼ਰ ਪਾਇਆ ਗਿਆ। ਇਹਨਾਂ ਸਾਰਿਆਂ ਦੇ ਲਈ ਮੈਂ ਭਰਤੀ ਕਾਰਵਾਈ ਕਰਨ ਜਾ ਰਿਹਾ ਹਾਂ ਅਤੇ ਉਹਨਾਂ ਦੀ ਜਵਾਬਦਾਰੀ ਵੀ ਹੋਏਗੀ। ਜਿਹੜੀ ਸੁਪਰਵਾਈਜ਼ਰ ਆ ਉਹ ਵੀ ਅਜੇ ਡਿਊਟੀ 'ਤੇ ਨਹੀਂ, ਉਹਨੂੰ ਵੀ ਬੁਲਾ ਕੇ ਚੰਗੀ ਤਰ੍ਹਾਂ ਪੁੱਛ ਕਰ ਸਕਦੀ ਹੈ। ਬੇਸ਼ੱਕ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਮੌਜੂਦਾ ਸਰਕਾਰ ਦੇ ਵੱਲੋਂ ਹਸਪਤਾਲ ਦੇ ਵਿੱਚ ਤੈਨਾਤ ਡਾਕਟਰਾਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ, ਪਰ ਇਹ ਡਾਕਟਰ ਇਹਨਾਂ ਨਿਰਦੇਸ਼ਾਂ ਦੀ ਕਿੰਨੀ ਕੁ ਪਾਲਣਾ ਕਰਦੇ ਨੇ, ਇਸ ਦੀ ਤਾਜ਼ਾ ਮਿਸਾਲ ਤਰਨ ਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਤਰਨ ਤਾਰਨ ਦੇ SMO ਰਣਦੀਪ ਸਿੰਘ ਹੁੱਡਾ ਦੇ ਵੱਲੋਂ ਮੌਕੇ ਤੇ ਛਾਪਾ ਮਾਰਿਆ ਗਿਆ ਤੇ ਇਸ ਦੌਰਾਨ ਕਈ ਡਾਕਟਰ ਤੇ ਪੈਰਾਮੈਡੀਕਲ ਸਟਾਫ ਮੌਕੇ ਤੇ ਗੈਰ ਹਾਜ਼ਰ ਪਾਇਆ ਗਿਆ। ਉੱਥੇ ਜੇਕਰ ਗੱਲ ਕਰੀਏ ਸਫਾਈ ਦੀ ਤਾਂ ਸਫਾਈ ਦੇ ਵਿੱਚ ਵੀ ਕਾਫੀ ਘਾਟ ਦੇਖਣ ਨੂੰ ਮਿਲੀ ਹੈ, ਜਿਸ ਦੇ ਚੱਲਦੇ ਸਫਾਈ ਕਰਮਚਾਰੀ ਨੂੰ ਮੌਕੇ ਤੇ ਬੁਲਾ ਕੇ ਜਾਂਚ ਪੜਤਾਲ ਕੀਤੀ ਗਈ ਹੈ ਤੇ ਉਸਦੀ ਝਾੜ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਆ SMO ਰਣਦੀਪ ਸਿੰਘ ਹੁੱਡਾ ਨੇ ਦੱਸਿਆ ਕਿ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਸਨੇ 8 ਵਜੇ ਸਵੇਰੇ ਹਸਪਤਾਲ ਦੇ ਵਿੱਚ ਛਾਪਾ ਮਾਰਿਆ ਤਾਂ ਕਈ ਡਾਕਟਰ ਤੇ ਪੈਰਾਮੈਡੀਕਲ ਸਟਾਫ ਮੌਕੇ ਤੇ ਗੈਰ ਹਾਜ਼ਰ ਪਾਇਆ ਗਿਆ। ਉੱਥੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਅੱਤ ਦੀ ਗਰਮੀ ਹੋਣ ਦੇ ਕਾਰਨ ਲੋਕ ਖੱਜਲ ਖੁਆਰ ਹੋ ਕੇ ਹਸਪਤਾਲ ਦੇ ਵਿੱਚ ਪਹੁੰਚਦੇ ਨੇ, ਜਿੱਥੇ ਮੌਕੇ ਤੇ ਉਹਨਾਂ ਨੂੰ ਡਾਕਟਰ ਹੀ ਉਪਲਬਧ ਨਹੀਂ ਮਿਲਦੇ। ਉੱਥੇ ਜੇਕਰ ਗੱਲ ਕਰੀਏ ਸਿਹਤ ਸੁਵਿਧਾਵਾਂ ਦੀ ਤਾਂ ਚੋਣਾਂ ਦੇ ਦੌਰਾਨ ਵੀ ਵੱਖ ਵੱਖ ਪਾਰਟੀਆਂ ਦੇ ਵੱਲੋਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਉੱਥੇ ਹੀ ਕੇਜਰੀਵਾਲ ਦੇ ਵੱਲੋਂ ਤਾਂ ਸਿਹਤ ਨੂੰ ਲੈ ਕੇ ਗਰੰਟੀਆਂ ਵੀ ਦਿੱਤੀਆਂ ਜਾ ਰਹੀਆਂ ਨੇ, ਪਰ ਮੌਜੂਦਾ ਹਾਲਾਤ ਇਹਨਾਂ ਸਾਰੀਆਂ ਗਰੰਟੀਆਂ ਨੂੰ ਫੇਲ ਕਰ ਰਹੇ ਨੇ। ਮੈਂ ਡਾਕਟਰ ਰਮਨਦੀਪ ਸਿੰਘ ਜੀ, SMO ਸਿਵਲ ਹਸਪਤਾਲ ਬੋਲ ਰਿਹਾ ਹਾਂ ਅਤੇ ਅੱਜ ਸਵੇਰੇ ਮੈਂ ਸਿਵਲ ਸਰਜਨ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 8 ਵਜੇ ਸਵੇਰੇ ਪਹੁੰਚ ਕੇ ਜਦੋਂ ਚੈਕਿੰਗ ਕੀਤੀ ਤਾਂ ਕਾਫੀ ਸਟਾਫ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਗੈਰ ਹਾਜ਼ਰ ਪਾਇਆ ਗਿਆ। ਇਹਨਾਂ ਸਾਰਿਆਂ ਦੇ ਲਈ ਮੈਂ ਭਰਤੀ ਕਾਰਵਾਈ ਕਰਨ ਜਾ ਰਿਹਾ ਹਾਂ ਅਤੇ ਉਹਨਾਂ ਦੀ ਜਵਾਬਦਾਰੀ ਵੀ ਹੋਏਗੀ, ਤਾਂ ਕਿ ਅੱਗੇ ਤੋਂ ਅਨੁਸ਼ਾਸਨ ਅਤੇ ਪੰਕਚੁਐਲਿਟੀ ਦਾ ਧਿਆਨ ਰੱਖਿਆ ਜਾ ਸਕੇ ਅਤੇ ਕੋਈ ਵੀ ਮੁਲਾਜ਼ਮ ਇਸ ਤਰ੍ਹਾਂ ਦੀ ਆਪਣੇ ਸਮੇਂ ਸਿਰ 'ਤੇ ਆ ਕੇ ਡਿਊਟੀ ਕਰਨ। ਸਰ, ਸਫਾਈ ਦੇ ਕੀ ਪ੍ਰਬੰਧ ਪਾਏ ਗਏ ਆ? ਸਫਾਈ ਦੇ ਵਿੱਚ ਵੀ ਕਾਫੀ ਤਰੁੱਟੀਆਂ ਪਾਈਆਂ ਗਈਆਂ, ਜਿਹੜੇ ਜਿਹਦੇ ਲਈ ਕਿ ਹੁਣ ਸਫਾਈ ਜਿਹੜੀ ਸੁਪਰਵਾਈਜ਼ਰ ਆ ਉਹ ਵੀ ਅਜੇ ਡਿਊਟੀ 'ਤੇ ਨਹੀਂ, ਉਹ ਵੀ ਬੁਲਾ ਕੇ ਚੰਗੀ ਤਰ੍ਹਾਂ ਨਾਲ ਪੁੱਛ ਪੜਤਾਲ ਕੀਤੀ ਹੈ। ਬਿਊਰੋ ਰਿਪੋਰਟ ਔਨ ਏਅਰ। ਸਵੇਰੇ ਪਹੁੰਚ ਕੇ ਜਦੋਂ ਚੈਕਿੰਗ ਕੀਤੀ ਤਾਂ ਕਾਫੀ ਸਟਾਫ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਗੈਰ ਹਾਜ਼ਰ ਪਾਇਆ ਗਿਆ। ਇਹਨਾਂ ਸਾਰਿਆਂ ਦੇ ਲਈ ਮੈਂ ਭਰਤੀ ਕਾਰਵਾਈ ਕਰਨ ਜਾ ਰਿਹਾ ਹਾਂ ਅਤੇ ਉਹਨਾਂ ਦੀ ਜਵਾਬਦਾਰੀ ਵੀ ਹੋਏਗੀ। ਜਿਹੜੀ ਸੁਪਰਵਾਈਜ਼ਰ ਆ ਉਹ ਵੀ ਅਜੇ ਡਿਊਟੀ 'ਤੇ ਨਹੀਂ, ਉਹ ਵੀ ਬੁਲਾ ਕੇ ਚੰਗੀ ਤਰ੍ਹਾਂ ਨਾਲ ਪੁੱਛ ਪੜਤਾਲ ਕੀਤੀ ਹੈ। ਬੇਸ਼ੱਕ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਮੌਜੂਦਾ ਸਰਕਾਰ ਦੇ ਵੱਲੋਂ ਹਸਪਤਾਲ ਦੇ ਵਿੱਚ ਤੈਨਾਤ ਡਾਕਟਰਾਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ, ਪਰ ਇਹ ਡਾਕਟਰ ਇਹਨਾਂ ਨਿਰਦੇਸ਼ਾਂ ਦੀ ਕਿੰਨੀ ਕੁ ਪਾਲਣਾ ਕਰਦੇ ਨੇ, ਇਸ ਦੀ ਤਾਜ਼ਾ ਮਿਸਾਲ ਤਰਨ ਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਤਰਨ ਤਾਰਨ ਦੇ SMO ਰਣਦੀਪ ਸਿੰਘ ਹੁੱਡਾ ਦੇ ਵੱਲੋਂ ਮੌਕੇ ਤੇ ਛਾਪਾ ਮਾਰਿਆ ਗਿਆ ਤੇ ਇਸ ਦੌਰਾਨ ਕਈ ਡਾਕਟਰ ਤੇ ਪੈਰਾਮੈਡੀਕਲ ਸਟਾਫ ਮੌਕੇ ਤੇ ਗੈਰ ਹਾਜ਼ਰ ਪਾਇਆ ਗਿਆ। ਉੱਥੇ ਜੇਕਰ ਗੱਲ ਕਰੀਏ ਸਫਾਈ ਦੀ ਤਾਂ ਸਫਾਈ ਦੇ ਵਿੱਚ ਵੀ ਕਾਫੀ ਘਾਟ ਦੇਖਣ ਨੂੰ ਮਿਲੀ ਹੈ, ਜਿਸ ਦੇ ਚੱਲਦੇ ਸਫਾਈ ਕਰਮਚਾਰੀ ਨੂੰ ਮੌਕੇ ਤੇ ਬੁਲਾ ਕੇ ਜਾਂਚ ਪੜਤਾਲ ਕੀਤੀ ਗਈ ਹੈ ਤੇ ਉਸਦੀ ਝਾੜ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਆ SMO ਰਣਦੀਪ ਸਿੰਘ ਹੁੱਡਾ ਨੇ ਦੱਸਿਆ ਕਿ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਸਨੇ 8 ਵਜੇ ਸਵੇਰੇ ਹਸਪਤਾਲ ਦੇ ਵਿੱਚ ਛਾਪਾ ਮਾਰਿਆ ਤਾਂ ਕਈ ਡਾਕਟਰ ਤੇ ਪੈਰਾਮੈਡੀਕਲ ਸਟਾਫ ਮੌਕੇ ਤੇ ਗੈਰ ਹਾਜ਼ਰ ਪਾਇਆ ਗਿਆ। ਉੱਥੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਅੱਤ ਦੀ ਗਰਮੀ ਹੋਣ ਦੇ ਕਾਰਨ ਲੋਕ ਖੱਜਲ ਖੁਆਰ ਹੋ ਕੇ ਹਸਪਤਾਲ ਦੇ ਵਿੱਚ ਪਹੁੰਚਦੇ ਨੇ, ਜਿੱਥੇ ਮੌਕੇ ਤੇ ਉਹਨਾਂ ਨੂੰ ਡਾਕਟਰ ਹੀ ਉਪਲਬਧ ਨਹੀਂ ਮਿਲਦੇ। ਉੱਥੇ ਜੇਕਰ ਗੱਲ ਕਰੀਏ ਸਿਹਤ ਸੁਵਿਧਾਵਾਂ ਦੀ ਤਾਂ ਚੋਣਾਂ ਦੇ ਦੌਰਾਨ ਵੀ ਵੱਖ ਵੱਖ ਪਾਰਟੀਆਂ ਦੇ ਵੱਲੋਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਉੱਥੇ ਹੀ ਕੇਜਰੀਵਾਲ ਦੇ ਵੱਲੋਂ ਤਾਂ ਸਿਹਤ ਨੂੰ ਲੈ ਕੇ ਗਰੰਟੀਆਂ ਵੀ ਦਿੱਤੀਆਂ ਜਾ ਰਹੀਆਂ ਨੇ, ਪਰ ਮੌਜੂਦਾ ਹਾਲਾਤ ਇਹਨਾਂ ਸਾਰੀਆਂ ਗਰੰਟੀਆਂ ਨੂੰ ਫੇਲ ਕਰ ਰਹੇ ਨੇ। ਮੈਂ ਡਾਕਟਰ ਰਮਨਦੀਪ ਸਿੰਘ ਜੀ, SMO ਸਿਵਲ ਹਸਪਤਾਲ ਬੋਲ ਰਿਹਾ ਹਾਂ ਅਤੇ ਅੱਜ ਸਵੇਰੇ ਮੈਂ ਸਿਵਲ ਸਰਜਨ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 8 ਵਜੇ ਸਵੇਰੇ ਪਹੁੰਚ ਕੇ ਜਦੋਂ ਚੈਕਿੰਗ ਕੀਤੀ ਤਾਂ ਕਾਫੀ ਸਟਾਫ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਗੈਰ ਹਾਜ਼ਰ ਪਾਇਆ ਗਿਆ। ਇਹਨਾਂ ਸਾਰਿਆਂ ਦੇ ਲਈ ਮੈਂ ਭਰਤੀ ਕਾਰਵਾਈ ਕਰਨ ਜਾ ਰਿਹਾ ਹਾਂ ਅਤੇ ਉਹਨਾਂ ਦੀ ਜਵਾਬਦਾਰੀ ਵੀ ਹੋਏਗੀ,
ਤਾਂ ਕਿ ਅੱਗੇ ਤੋਂ ਅਨੁਸ਼ਾਸਨ ਅਤੇ ਪੰਕਚੁਐਲਿਟੀ ਦਾ ਧਿਆਨ ਰੱਖਿਆ ਜਾ ਸਕੇ ਅਤੇ ਕੋਈ ਵੀ ਮੁਲਾਜ਼ਮ ਇਸ ਤਰ੍ਹਾਂ ਦੀ ਆਪਣੇ ਸਮੇਂ ਸਿਰ 'ਤੇ ਆ ਕੇ ਡਿਊਟੀ ਕਰਨ। ਸਰ, ਸਫਾਈ ਦੇ ਕੀ ਪ੍ਰਬੰਧ ਪਾਏ ਗਏ ਆ? ਸਫਾਈ ਦੇ ਵਿੱਚ ਵੀ ਕਾਫੀ ਤਰੁੱਟੀਆਂ ਪਾਈਆਂ ਗਈਆਂ, ਜਿਹਦੇ ਲਈ ਕਿ ਹੁਣ ਕਿ ਸਫਾਈ ਜਿਹੜੀ ਸੁਪਰਵਾਈਜ਼ਰ ਆ ਉਹ ਵੀ ਅਜੇ ਡਿਊਟੀ 'ਤੇ ਨਹੀਂ, ਉਹ ਵੀ ਬੁਲਾ ਕੇ ਚੰਗੀ ਤਰ੍ਹਾਂ ਨਾਲ ਪੁਸ਼ਪਤਲ ਕੀਤੀ ਹੈ। ਬਿਊਰੋ ਰਿਪੋਰਟ, ਔਨ ਏਅਰ।